ਘਰੇ ਵਗ ਗਏ ਜੀ ਸ਼ਾਮ ਨੂੰ ਦੁਕਾਨ ਲਾ ਕੇ ਸਾਢੇ ਛੇ ਪੌਣੇ ਸੱਤ ਨੂੰ ਤੇ ਸਵਾ ਸੱਤ ਵਜੇ ਫੋਨ ਆ ਗਏ ਉਹਨਾਂ ਦਾ ਜੀ ਕੀ ਕਹਿੰਦੇ ਬਾਜੀ ਕਹਿੰਦੇ ਜੀ ਤੁਹਾਨੂੰ ਥਾਂ ਨਿਕਲਿਆ ਗਈ ਮੈਨੂੰ ਕਹਿੰਦੇ ਕੂਪਨ ਪਾਇਆ ਸੀਗਾ ਜੀ ਕਿਸਮਤ ਦਾ ਕੋਈ ਪਤਾ ਨੀ ਵੀ ਕਦੋਂ ਜਾਗ ਜੇ ਤੇ ਬਾਕੀ ਸਿਰੇ ਕਿਸਮਤ ਵਾਲੀ ਗੱਲ ਅੱਜ ਜਿਹੜੇ ਤੁਹਾਡੇ ਬਾਈ ਨਵਾਂ ਮਿਲਾ ਰਿਹਾ ਕਹਿੰਦੇ ਪਰਮਾਤਮਾ ਜਦੋਂ ਦਿੰਦਾ ਛੱਪੜ ਪਾੜ ਕੇ ਦਿੰਦਾ ਅਤੇ ਜਦੋਂ ਲੈਂਦਾ ਅਤੇ ਥੱਪੜ ਮਾਰ ਕੇ ਲੈਂਦਾ ਪਿੰਡ ਭੁੰਦੜ ਖੜਾ ਅਤੇ ਪਿਛਲੇ ਦਿਨਾਂ 'ਚ ਔਡਾਂ ਵਾਲਿਆਂ ਨੇ ਇੱਕ ਲੱਕੀ ਡਰਾ ਕੱਢਿਆ ਸੀ ਉਹਦਾ ਫਸਟ ਇਨਾਮ ਸੀਗਾ ਥਾਰ ਅਤੇ ਜਿਹੜੇ ਬਾਈ ਨੂੰ ਥਾਰ ਨਿਕਲੀ ਹੈਗੀ ਆਪਾਂ ਅੱਜ ਉਹਦੇ ਕੋਲ ਆਏ ਸੀਗੇ ਪਿੰਡ ਭੁੰਦੜ ਜ਼ਿਲ੍ਹਾ ਬਠਿੰਡਾ ਅਤੇ ਇਹ ਬਾਈ ਹੈ ਜਿਹੜਾ ਇਹ ਮੋਟਰਾਂ ਦਾ ਕੰਮ ਕਰਦਾ ਹੈਗਾ ਅਤੇ ਬਾਈ ਨਾਲ ਆਪਾਂ ਪੂਰੀ ਗੱਲਬਾਤ ਕਰਾਂਗੇ ਵੀ ਕੀ ਗੱਲਬਾਤ ਹੈ ਕਿੰਨਾ ਥਾਰ ਇਹਨਾਂ ਨੂੰ ਮਿਲੀ ਹੈ ਜਾਂ ਨਹੀਂ ਮਿਲੀ ਕੀ ਗੱਲਬਾਤ ਹੈ ਅਤੇ ਤੁਸੀਂ ਕਮੈਂਟਾਂ ਦੇ ਵਿੱਚ ਬਾਈ ਨੂੰ ਵਧਾਈਆਂ ਜਿਹੜਾ ਜ਼ਰੂਰ ਦਿਓ ਅਤੇ ਨਾਲ ਨਾਲ ਚੱਲਦੀ ਚੱਲਦੀ ਵੀਡੀਓ ਨੂੰ ਜਿਹੜਾ ਹੋਰ ਸੱਜਣਾਂ ਤੱਕ ਸ਼ੇਅਰ ਕਰ ਦਿਓ ਵੀ ਕਿਸਮਤ ਅਤੇ ਪਰਮਾਤਮਾ 'ਤੇ ਜਿਹੜਾ ਯਕੀਨ ਰੱਖਣਾ ਚਾਹੀਦਾ ਅਤੇ ਬੰਦੇ ਨੂੰ ਸਭ ਕੁਛ ਮਿਲਦਾ ਬਾਕੀ ਸਿਰੇ ਪੂਰੀ ਵਾਰਤਾਲਾਪ ਜਿਹੜਾ ਆਪਾਂ ਬਾਈ ਨਾਲ ਕਰਾਵਾਂਗੇ ਤੁਹਾਡੀ ਅਤੇ ਤੁਸੀਂ ਵੀਡੀਓ ਨੂੰ ਜਿਹੜਾ ਚੱਲਦੀ ਚੱਲਦੀ ਭਰਾ ਬਣ ਕੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਫੇਸਬੁੱਕ ਦੇ ਵਿੱਚ ਅਤੇ ਯੂਟਿਊਬ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਕੀ ਠੀਕ ਠਾਕ ਹੋ ਜੀ ਕੀ ਨਾਮ ਬਾਈ ਦਾ ਸ਼ੁਭ ਨਾਮ ਮਮਨਦੀਪ ਠੀਕ ਹੈ ਬਾਈ ਅਤੇ ਮਮਨਦੀਪ ਪਿਛਲੇ ਦਿਨਾਂ 'ਚ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹੜਾ ਤੁਸੀਂ ਉਹਨੂੰ ਔਡਾਂ ਵਾਲੇ ਥਾਂ ਤੋਂ ਜਿਹੜਾ ਉਹ ਨਿਕਲਿਆ ਗਿਆ ਥਾਰ ਸਹੀ ਹੈ ਗੱਲ ਉਹ ਸਹੀ ਹੈ ਗੱਲ ਠੀਕ ਹੈ ਬਾਈ ਅਤੇ ਕਿੰਨਾ ਕਦੋਂ ਨਿਕਲਿਆ ਉਹ ਥਾਂ ਬਾਈ ਕਿੰਨੇ ਦਿਨ ਹੋ ਗਏ ਬਾਈ ਦੇ ਜਿਹੜਾ ਘਰ ਦੇ ਵਿਚ ਤਿੰਨ ਲੜਕੀਆਂ ਤਿੰਨ ਲੜਕੀਆਂ ਅੱਛਾ ਤਿੰਨ ਕੁੜੀਆਂ ਤੇ ਮੈਂ ਆਖਿਆ ਕਦੇ ਮੁੰਡਾ ਵੀ ਹੈਗਾ ਬਾਈ ਠੀਕ ਹੈ ਤਿੰਨ ਕੁੜੀਆਂ ਹੀ ਕੁੜੀਆਂ ਬਾਈ ਦੇ ਤੇ ਪਰਮਾਤਮਾ ਲਕਸ਼ਮੀ ਆਪਾਂ ਕਹਿ ਦਿੰਦੇ ਹਾਂ ਨਾ ਕੰਨਿਆਂ ਨੂੰ ਅਤੇ ਬਾਕੀ ਜਿਹੜੀ ਹੈ ਕੰਨਿਆਂ ਨੇ ਲਕਸ਼ਮੀ ਖਿੱਚੀ ਹੈ ਅਤੇ ਮਿਹਰ ਹੋਈ ਹੈ ਬਾਈ ਅਤੇ ਵੱਡਾ ਜਿਹੜਾ ਪਰਮਾਤਮਾ ਦਾ ਕਿਹੜਾ ਹੌਂਸਲਾ ਪੂਰਾ ਤੁਹਾਡਾ ਕਿਵੇਂ ਦਿਲ ਕੀ ਕਹਿਣਾ ਕੀ ਚਾਹੁੰਦਾ ਪਰਮਾਤਮਾ ਨੂੰ ਜਾਂ ਕਿਸੇ ਬੰਦੇ ਨੂੰ ਜਾਂ ਕੀ ਆਪਾਂ ਨੂੰ ਫਿਕਰ ਤਾਂ ਹੁੰਦੀ ਹੈ ਜੀ ਆਪਣੇ ਤਿੰਨ ਕੁੜੀਆਂ ਹੈ ਨਾ ਜੀ ਬਾਕੀ ਕਹਿੰਦਾ ਮਤਲਬ ਆਪਾਂ ਕੰਮ ਤਾਂ ਹੁਣ ਉਹ ਕਰਦੇ ਹਾਂ ਜਦ ਮੰਨਦੇ ਆਪਾਂ ਉਹਨਾਂ ਨੂੰ ਕਰਦੇ ਹਾਂ ਬਹੁਤ ਮਿਹਨਤ ਵੀ ਕਰਦੇ ਹੈਗੇ ਚੱਲ ਵਾਹਿਗੁਰੂ ਚੱਲ ਪਰਮਾਤਮਾ ਨੇ ਆਪਣਾ ਮਾਇਆ ਦਿੱਤੀ ਹੈ ਨਾ ਜੀ ਚੱਲ ਚੰਗੀ ਗੱਲ ਵਧੀਆ ਪਰਮਾਤਮਾ ਸਭ ਨੂੰ ਦੇਵੇ ਜੀ ਕਹਿੰਦਾ ਮਤਲਬ ਚੱਲ ਐਂ ਹੌਂਸਲਾ ਪੈ ਗਿਆ ਜੀ ਹਾਂ ਜੀ ਹੁਣ ਆਪਾਂ ਫਿਕਰ ਨਹੀਂ ਕਰਦਾ ਗੁੱਡ ਕਰਦਾ ਕੋਈ ਜੀ ਉਹਨਾਂ ਨੇ ਆਪਦੀ ਲਾਸਮੀ ਜਿਹੜੀ ਆਪ ਖਿੱਚ ਲਈ ਹੈ ਤੇ ਹੁਣ ਤੂੰ ਦੁਕਾਨ ਤੇ ਵਧੀਆ ਸੰਤੁਸ਼ਟ ਹੋ ਕੇ ਅੱਗੇ ਭੜਕਣ ਰਹਿੰਦੀ ਸੀ ਮਣੀ ਦੀ ਵੀ ਹਾਂ ਯਾਰ ਰਹਿੰਦੀ ਸੀ ਮਣੀ ਆਪਾਂ ਕਿੰਨਾ ਗੋ ਕਰਾ ਜੋੜਾਂਗੇ ਹੈ ਨਾ ਜੀ ਉਦੋਂ ਕਬੀਲ ਦਾ ਜੀ ਤੁਰਦੀ ਹੈ ਕਹਿੰਦਾ ਅੱਜ ਹੁਣ ਜਵਾਨਾ ਮਹਿੰਗਾਈ ਦਾ ਹੈਗਾ ਜੀ ਹੈ ਨਾ ਜੀ ਠੀਕ ਹੈ ਬਾਈ ਤੇ ਫਿਰ ਬਾਈ ਹੁਣ ਥਾਰ ਲੈ ਲਈ ਕਿ ਰੁਪਈਏ ਲੈ ਲੈ ਆਪਾਂ ਕੈਸ਼ ਹੀ ਲੈ ਲਈ ਜੀ ਉਹਨਾਂ ਨੂੰ ਕੈਸ਼ ਲੈ ਲਈ ਠੀਕ ਹੈ ਬਾਈ ਜੀ ਕਿੰਨਾ ਕੈਸ਼ ਦਿੱਤਾ ਫਿਰ ਉਹਨਾਂ ਨੇ ਆਪਾਂ ਨੂੰ 81 ਦੇ ਦਿੱਤਾ ਜੀ ਉਹ 1180 ਜੀ 1180 ਹਾਂ ਜੀ 1180 ਦੇਤਾ ਹਾਂ ਜੀ ਠੀਕ ਹੈ ਬਾਈ ਜੀ ਥਾਰ ਦਾ ਮੁੱਲ ਜਿਹੜਾ ਉਹਨਾਂ ਨੇ ਤੁਹਾਨੂੰ ਦੇਤਾ ਸ਼ੋਰੂਮ ਪ੍ਰਾਈਸ 12-5 ਸੀਗਾ ਜੀ ਸ਼ੋਰੂਮ ਪ੍ਰੋ ਬਾਕੀ ਉਹ ਤੁਹਾਨੂੰ ਫਿਰ ਉਹਨਾਂ 1180 ਬਹੁਤ ਆ ਕਿਸਮਤ ਜਾਗ ਗਈ ਤੇਰੀ ਯਾਰ ਹਨਾ ਬਾਈ ਹੋਰ ਪਰਮਾਤਮਾ ਨੂੰ ਕੀ ਕਹਿਣਾ ਚਾਹੁੰਦਾ ਹੈ ਮਾ ਪਰਮਾਤਮਾ ਹੀ ਕਹਿੰਦੇ ਭਰਾਵਾ ਪਰਮਾਤਮਾ ਸਭ ਨੂੰ ਦੇ ਜੀ ਤੇ ਬੈਠੇ ਬੈਠੇ ਦੀ ਖੋਲਦੀ ਕਰਨ ਦਾ ਆਨਲਾਈਨ ਹੀ ਪਾਇਆ ਸੀਗਾ ਹਾਂ ਆਨਲਾਈਨ ਹੀ ਪਾਇਆ ਦੁਕਾਨ ਤੇ ਬੈਠਣਾ ਜੀ ਤੇ ਜਦੋਂ ਫੋਨ ਆਇਆ ਫਿਰ ਤੂੰ ਕੀ ਕਰੀ ਜਾਂਦਾ ਸੀ ਮੈਂ ਘਰੇ ਵਗ ਗਏ ਜੀ ਸ਼ਾਮ ਨੂੰ ਦੁਕਾਨ ਲਾ ਕੇ ਸਾਢੇ 6-7 ਨੂੰ ਤੇ 7:15 ਵਜੇ ਫੋਨ ਆ ਗਏ ਉਹਨਾਂ ਦਾ ਜੀ ਕੀ ਕਹਿੰਦੇ ਬਾਜੀ ਕਹਿੰਦੇ ਜੀ ਤੁਹਾਨੂੰ ਥਾਂ ਨਿਕਲਿਆ ਗਈ ਮੈਨੂੰ ਕਹਿੰਦੇ ਕੂਪਨ ਪਾਇਆ ਸੀਗਾ ਜੀ ਔਡਾ ਜੀ ਮੈਂ ਹਾਂ ਜੀ ਪਾਇਆ ਸੀਗਾ ਮੈਨੂੰ ਕਹਿੰਦੇ ਬਈ ਤੈਨੂੰ ਵਧਾਂਗਾ ਮੈਨੂੰ ਕਹਿੰਦੇ ਥਾਰ ਨਿਕਲੀ ਆ ਮੈਂ ਵੀ ਉਹਨਾਂ ਨੂੰ ਥੋੜਾ ਉਹ ਕਰਨ ਲੱਗ ਮੈਂ ਬਈ ਮਜ਼ਾਕ ਤਾਂ ਨਹੀਂ ਕਰਦੇ ਜੀ ਮੈਂ ਕਿਹਾ ਬੰਦੇ ਨੂੰ ਸ਼ੌਰਟ ਤਾਂ ਲੱਗਦੀ ਹੈ ਨਾ ਹਾਂ ਵੀ ਕਿਸੇ ਨੂੰ ਜਾਣ ਕੇ ਚੜ ਕਰਦਾ ਹੋਵੇ ਹਾਂ ਜੱਸ ਬਾਰੇ ਕਹਿੰਦਾ ਨਹੀਂ ਕਹਿੰਦਾ ਵੀਰੇ ਕਹਿੰਦਾ ਯਾਰ ਗੱਲ ਸੱਚੀ ਹੈ ਕਹਿੰਦਾ ਤੇ ਫਿਰ ਜੀ ਬਸ ਫਿਰ ਘੰਟੇ ਬਾਅਦ ਫਿਰ ਉਹਨੂੰ ਪਿੰਡੋਂ ਫੋਨ ਆਉਣ ਲੱਗ ਗਏ ਪਿੰਡ ਪਤਾ ਲੱਗ ਗਿਆ ਜੀ ਠੀਕ ਹੈ ਹਾਂ ਮੈਂ ਪਿੰਡ ਦੱਸਿਆ ਵੀ ਨਹੀਂ ਸੀ ਕਿਸੇ ਨੂੰ ਵੀ ਮੈਂ ਬਰਾਬਰ ਲਾਡਰੀ ਪਾਈ ਆ ਮੁੰਡੇ ਸੀ ਆਪਣੇ ਕੋਲ ਦੇ ਦੇ ਕੰਪਨੀ ਦੇ ਉੱਤੇ ਲੈਵ ਦਿੱਤੇ ਇਹਨਾਂ ਨੂੰ ਚੈਨਲ ਤੇ ਉਹਨਾਂ ਨੇ ਪਿੰਡ ਫੋਨ ਕਰਤਾ ਜੀ ਸਾਡੇ ਜੀ ਠੀਕ ਹੈ ਉਹ ਕਹਾਂ ਦੀ ਆ ਫਿਰ ਗੱਲ ਜੀ ਫਿਰ ਆਉਣ ਲੱਗ ਫਿਰ ਮਨ ਨੂੰ ਫਿਰ ਕਰੇ ਕਿੰਨੀ ਖੁਸ਼ੀ ਹਾਂ ਪੂਰੀ ਬੋਲੀ ਵਧੀਆ ਗੁੜੀਆਂ ਕਿੰਨੀਆਂ ਖੁਸ਼ ਹੋ ਗਈਆਂ ਫਿਰ
ਪੁਰਗਾ ਜੀ ਇੱਕ ਆਪਣੀ 13 ਸਾਲਾਂ ਦੀ ਗੁੱਡੀ ਆ, ਇੱਕ 7 ਸਾਲਾਂ ਦੀ ਆ, ਇੱਕ 3 ਸਾਲਾਂ ਦੀ। ਠੀਕ ਆ, ਉਹਨਾਂ ਨੂੰ ਹੁਣ ਵਧੀਆ ਪੜਾਇਓ ਫਿਰ। ਹਾਂ ਜੀ ਹਾਂ, ਹਨਾ ਚੰਗੇ ਥਾਂ ਤੇ ਲਾਇਓ। ਹਾਂ ਜੀ ਹਾਂ। ਠੀਕ ਆ ਬਾਈ ਜੀ, ਤੇ ਇਹ ਬਾਈ ਸੀਗਾ ਮਮਨਦੀਪ ਤੇ ਪਿੰਡ ਭੂੰਦੜ। ਕਿਸਮਤ ਜਾਗੀ ਹੈ ਬਾਈ ਦੀ, ਤੇ ਤੁਸੀਂ ਵੀ ਹੌਸਲਾ ਜਿਹੜਾ ਛੱਡਣਾ ਨਹੀਂ ਕਦੇ ਵੀ ਜ਼ਿੰਦਗੀ ਦੇ ਵਿੱਚ, ਹਾਰ ਨਾ ਮੰਨਿਓ। ਹਾਰ ਕਦੇ ਵੀ ਬੰਦੇ ਨੂੰ ਢਾਹ ਨਹੀਂ ਸਕਦੀ, ਤੇ ਬੰਦੇ ਨੇ ਬਾਈ ਨੂੰ ਜਿਹੜੇ ਦੇਖ ਲਓ ਕਿਸਮਤ ਨੇ ਸਾਥ ਦਿੱਤਾ ਬਾਈ ਦਾ, ਤੇ 11,80,000 ਰੁਪਇਆ ਬਾਈ ਨੂੰ ਉਹਨਾਂ ਨੇ ਦਿੱਤਾ ਉੱਡਾ ਵਾਲਿਆਂ ਨੇ। ਧੰਨਵਾਦ ਕਰਦੇ ਹਾਂ ਇਹੋ ਜਿਹੇ ਲੱਕੀ ਡਰਾ ਵਾਲਿਆਂ ਦਾ ਵੀ, ਜਿਹੜਾ ਸੱਚਾ ਸੁੱਚਾ ਲੱਕੀ ਡਰਾ ਕੱਢਦੇ ਨੇ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਰਾਏ ਆਪਦੀ ਕਮੈਂਟਾਂ ਦੇ ਵਿੱਚ ਥੱਲੇ ਜ਼ਰੂਰ ਦੇ ਕੇ ਜਾਇਓ, ਅਤੇ ਵੀਡੀਓ ਨੂੰ ਹੋਰ ਸੱਜਣਾਂ ਤੱਕ ਕਰ ਦਿਓ ਸ਼ੇਅਰ। ਸਤਿ ਸ਼੍ਰੀ ਅਕਾਲ ਜੀ।